ਮੰਜੇ ਤੇ ਪਏ ਪਿਓ ਨੇ ਧੀ ਦੀ ਡੋਲੀ ਵਿਦਾ ਕਰਨ ਲੱਗੇ ਕਹਿ ਦਿੱਤੀ ਵੱਡੀ ਗੱਲ। ਵਿਆਹ ਵਾਲਾ ਮੁੰਡਾ ਤੇ ਸਾਰੀ ਹੀ ਬਰਾਤ ਸੁਣ ਕੇ ਲੱਗ ਗਈ ਰੋਣ। ਅਕਸਰ ਹੀ ਜਦੋਂ ਮਾਂ ਪਿਓ ਧੀ ਦੀ ਡੋਲੀ ਵਿਦਾ ਕਰਦੇ ਨੇ ਤਾਂ ਬਹੁਤ ਹੀ ਭਾਵੁਕ ਹੋ ਜਾਂਦੇ ਨੇ, ਪਰ ਹੁਣ ਇੱਕ ਪਿਓ ਧੀ ਦੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ। ਦਰਅਸਲ ਜਿਸ ਲੜਕੀ ਦਾ ਵਿਆਹ ਸੀ ਉਸਦੇ ਪਿਤਾ ਨੂੰ ਇੱਕ ਬਿਮਾਰੀ ਸੀ ਜਿਸ ਕਾਰਨ ਉਹ ਤੁਰ ਫਿਰ ਨਹੀਂ ਸਕਦਾ ਸੀ ਤੇ ਮੰਜੇ ਤੇ ਹੀ ਪਿਆ ਰਹਿੰਦਾ ਸੀ, ਜਿਸ ਕਰਕੇ ਉਸ ਤੋਂ ਕੁੜੀ ਦੇ ਕਿਸੇ ਵੀ ਸ਼ਗਨ ਵਿੱਚ ਸ਼ਾਮਿਲ ਨਹੀਂ ਹੋਇਆ ਗਿਆ। ਪਰ ਜਦੋਂ ਲਾਮਾ ਤੇ ਸਾਰੇ ਸ਼ਗਨਾਂ ਤੋਂ ਬਾਅਦ ਡੋਲੀ ਵਿਦਾ ਹੋਣ ਲੱਗਦੀ ਹੈ ਤਾਂ ਜਦੋਂ ਕੁੜੀ ਆਪਣੇ ਪਿਤਾ ਤੋਂ ਆਸ਼ੀਰਵਾਦ ਲੈਣ ਜਾਂਦੀ ਹੈ ਤਾਂ ਰੋਣ ਲੱਗ ਜਾਂਦੀ ਹੈ ਅਤੇ ਕਹਿੰਦੀ ਹੈ ਕਿ ਬਾਪੂ ਜੇ ਤੂੰ ਠੀਕ ਹੁੰਦਾ ਤਾਂ ਮੇਰੇ ਸਾਰੇ ਸ਼ਗਨ ਤੂੰ ਕਿੰਨੇ ਚਾਵਾਂ ਨਾਲ ਆਪਣੇ ਹੱਥੀ ਕਰਦਾ। ਪਰ ਕੁੜੀ ਦਾ ਪਿਓ ਹੌਸਲਾ ਦਿੰਦੇ ਹੋਏ ਕਹਿੰਦਾ ਹੈ ਕਿ ਪੁੱਤ ਪਰਮਾਤਮਾ ਦਾ ਸ਼ੁਕਰ ਹੈ ਕਿ ਮੈਂ ਜਿਉਂਦਾ ਹੈ ਅਤੇ ਤੇਰੇ ਕੋਲ ਹਾਂ, ਪਰ ਜਿਨ੍ਹਾਂ ਧੀਆਂ ਪੁੱਤਾਂ ਦੇ ਪਿਓ ਨਹੀਂ ਹਨ ਉਹਨਾਂ ਦਾ ਹਾਲ ਕੀ ਹੁੰਦਾ ਹੋਵੇਗਾ। ਤੂੰ ਰੋ ਨਾ, ਖੁਸ਼ੀ ਖੁਸ਼ੀ ਆਪਣੇ ਸਹੁਰੇ ਘਰ ਜਾ, ਮੈਂ ਠੀਕ ਹੋ ਕੇ ਤੈਨੂੰ ਮਿਲਣ ਆਇਆ ਕਰਾਂਗਾ। ਤਾਂ ਤੁਸੀਂ ਪਿਓ ਧੀ ਦੇ ਇਸ ਰਿਸ਼ਤੇ ਬਾਰੇ ਕੀ ਕਹਿਣਾ ਚਾਹੋਗੇ? ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਦਿਓ। ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ।